SIT ਨੂੰ ਜਵਾਬ ਦੇਣ ਪ੍ਰਕਾਸ਼ ਸਿੰਘ ਬਾਦਲ। ਭਗਵੰਤ ਮਾਨ ਨਾਭਾ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੁਰਾ ਤੇ ਬਹਿਬਲ ਕਲਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਕੇ ਜਵਾਬ ਦੇਣਾ ਚਾਹੀਦਾ ਹੈ। ਕਿਉਂ ਨਹੀਂ ਪੇਸ਼ ਹੋਣਾ? ਪਹਿਲੀ ਗੱਲ ਤਾਂ ਬਲ ਸਾਹਿਬ MLA ਨੇ, ਜਸਟ MLA ਨੇ, ਲੰਬੀ ਤੋਂ ਮੁੱਖ ਮੰਤਰੀ ਨੇ ਪਰ ਸਾਬਕਾ ਨੇ। ਹਾਂ, CM ਦਾ ਪ੍ਰੋਟੋਕਾਲ ਹੋਰ ਹੁੰਦਾ, ਪਰ ਉਹਨੂੰ ਪੇਸ਼ ਹੋਣਾ ਚਾਹੀਦਾ। ਦੱਸੋ, ਜਵਾਬ ਦਿਓ। ਤੁਸੀਂ ਜਵਾਬ ਕਿਉਂ ਦਿੰਦੇ? ਜਦੋਂ ਨਾਮ ਆ ਗਿਆ ਤੁਹਾਡਾ ਤਾਂ ਤੁਸੀਂ ਜਵਾਬ ਦਿਓ ਉਹਨਾਂ ਨੂੰ। ਉਦੋਂ ਬਾਅਦ ਜਾਂਚ ਦਾ ਵਿਸ਼ਾ, ਫਿਰ ਨਤੀਜੇ ਦਾ ਫਿਰ ਮੇਰੇ ਖਿਆਲ 'ਚ ਬਲ ਸਾਨੂੰ ਪਤਾ ਹੋਣਾ, ਕਿਉਂਕਿ ਦੋਨੇ ਤਾਂ ਰਲੇ ਹੋਏ ਨੇ। ਹੁਣ ਤੱਕ ਐਕਸ਼ਨ ਨਹੀਂ ਹੋ ਜਾਣਾ ਚਾਹੀਦਾ ਸੀ? ਉਹ ਬਾਣੀ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ, ਉਹ ਬਾਣੀ ਜਿਹੜੀ ਕਹਿੰਦੀ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹ ਬਾਣੀ ਜਿਹੜੀ ਕਹਿੰਦੀ ਹੈ ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਉਹ ਗਲੀਆਂ 'ਚ ਰੁੜ ਗਈ, ਰੂੜੀਆਂ 'ਤੇ ਰੁੜ ਗਈ, ਅਤੇ ਉਹਦਾ ਜੇ ਨਾਮ ਆਇਆ ਤਾਂ ਉਹਦੇ 'ਚ ਹੁਣ ਤੱਕ ਸਜ਼ਾ ਹੋ ਜਾਣੀ ਚਾਹੀਦੀ ਸੀ। ਬਹੁਤ ਆਹ ਮੁੰਡੇ ਖੜੇ ਨੇ ਸਾਰੇ, ਕੋਈ ਕਿਸੇ ਮੇਰੇ ਖਿਆਲ 'ਚ ਕੋਈ ਕਿਸੇ ਧਰਮ ਨੂੰ ਫੋਲੋ ਕਰਦਾ, ਕੋਈ ਕਿਸੇ ਨੂੰ, ਪਰ ਦੁੱਖ ਸਾਰਿਆਂ ਨੂੰ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਕੁਰਾਨ ਸ਼ਰੀਫ ਦੀ ਬੇਅਦਬੀ ਹੁੰਦੀ ਹੈ, ਗੀਤਾ ਭਗਵਤ ਗੀਤਾ ਦੀ ਬੇਅਦਬੀ ਹੁੰਦੀ ਹੈ, ਚਾਹੇ ਮਤਲਬ ਜੇ ਕੋਈ ਜ਼ਿੰਮੇਵਾਰ ਪਾਇਆ ਗਿਆ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਕਾਨੂੰਨ ਤਾਂ ਕਾਨੂੰਨ ਹੁੰਦਾ, ਮੰਤਰੀ ਵਾਸਤੇ ਵੀ ਹੋਈ ਹੈ, ਸੰਤਰੀ ਵਾਸਤੇ ਵੀ ਹੋਈ। ਤੁਸੀਂ ਕਿਹਾ ਵੀ ਕੈਪਟਨ ਸਾਹਿਬ ਤਾਂ ਕਹਿੰਦੇ ਨੇ ਕਿ ਜ਼ਿੰਮੇਵਾਰ ਹੈ, ਅਤੇ ਐਕਸ਼ਨ ਕਿਉਂ ਨਹੀਂ ਲੈ ਰਹੇ? ਆਹੀ ਮੈਂ ਪੁੱਛਦਾ ਵੀ ਐਕਸ਼ਨ ਕਿਉਂ ਲੈ ਰਹੇ? ਨਵਜੋਤ ਸਿੰਘ ਸਿੱਧੂ ਹੋਰੀ ਵਿਧਾਨ ਸਭਾ 'ਚ ਝੋਲੀਆਂ ਅੱਡ ਅੱਡ ਕੇ ਕਹਿ ਰਹੇ ਐਕਸ਼ਨ ਲੈ ਲਓ, ਅਸੀਂ ਪਿੰਡਾਂ 'ਚ ਵੜਨ ਯੋਗ ਨਹੀਂ ਰਵਾਂਗੇ। ਨਹੀਂ ਤਾਂ ਇਹਦਾ ਮਤਲਬ ਰਲੇ ਹੋਏ ਨੇ, ਮਿਲੇ ਹੋਏ ਨੇ। 2019 ਉਹ ਤਾਂ ਪਬਲਿਕ ਹੈ ਜੀ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਉਹ ਤਾਂ 2019 'ਚ ਲੋਕ ਦੱਸ ਦੇਣਗੇ, ਪਤਾ ਲੱਗ ਜੂਗਾ। ਅੱਜ ਦੀ ਡੇਟ 'ਚ ਪਰ ਆਇਆ ਕਹਿੰਦਾ ਸ਼ਾਹ ਮੁਹੰਮਦ ਆ ਦੁਨੀਆ 'ਤੇ ਕੌਣ ਐਸਾ ਜਿਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਅੱਜ ਵੱਡੇ ਬਲ ਸਾਹਿਬ ਉਹ ਘਰੋਂ ਬਾਹਰ ਨਿਕਲਣ ਦੇ ਕਾਬਿਲ ਨਹੀਂ ਰੱਖੇ, ਰੋਕਣ ਕਹਿੰਦੇ ਵੀ ਨਾ ਸਾਡੇ ਪਿੰਡ ਨਾ ਆਇਓ ਤੁਸੀਂ ਪਲੀਜ਼। ਚਲੋ ਛੋਟਾ ਤਾਂ ਮੰਦ ਬੁੱਧੀ ਆ, ਉਹ ਤਾਂ ਕੀ ਕਰਨਾ। ਨਹੀਂ, ਟਕਸਾਲੀ ਆਗੂਆਂ ਨੂੰ ਪਹਿਲਾਂ ਕਿਉਂ ਨਹੀਂ ਦਿੱਤੀ ਪਹਿਲ? ਆਪਦਾ ਮੁੰਡਾ ਅਤੇ ਮੁੰਡੇ ਦਾ ਸਾਲਾ, ਬਸ ਸਾਰਾ ਕੁਛ ਉਹਨਾਂ ਅਧਿਕਾਰ ਉਹਨਾਂ ਨੂੰ। ਉਹ ਤਾਂਹੀਓ ਗਏ ਨੇ ਨਾ ਟਕਸਾਲੀ ਆਗੂ, 20,000 ਵੋਟਾਂ 'ਤੇ ਜਿੱਤ ਕੇ, ਹਰਸਿਮਰਤ ਮਿਨਿਸਟਰ ਹੈ, 1,25,000 ਵੋਟ 'ਤੇ ਜਿੱਤ ਕੇ ਬ੍ਰਹਮਪੁਰਾ, ਨਾ ਵਿਰੋਧੀਆਂ 'ਚ ਹੈ ਨਾ ਸਰਕਾਰ 'ਚ ਹੈ, ਉੱਥੇ ਬੈਠਾ ਮੇਰੇ ਨਾਲ। ਸੋ ਇੱਥੋਂ ਕੀ ਪਤਾ ਲੱਗਦਾ? ਇੱਥੋਂ ਪਤਾ ਲੱਗਦਾ ਇਹ ਟਕਸਾਲੀਆਂ ਨੂੰ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ, ਜਿਨ੍ਹਾਂ ਨੇ ਅਕਾਲੀ ਦਲ ਬਣਾਇਆ, ਧਰਨੇ ਲਾਏ, ਠੀਕ ਹੈ ਨਾ, ਉਹ ਇਹ ਉਹਨਾਂ ਨੂੰ ਸਮਝਦੇ ਕੱਖ ਨਹੀਂ ਹੈ।